ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। In a major recovery by the Amsar Rural Police and to the campaign that has been launched by SSP Amsar Rural, Mr. Vikramjeet Duggal, the DSP Sahabne Atari, Mr. Sohota, SHO Lopoke, Mr. Harpal Singh, the NADJD team, and on a both very recovery kitty in connection with the drug menace. Either which 10 kilogram heroin pakadi hai, ek banda phadya gaya, Devinder Singh, border the nedeo. ਉਹਦੇ ਇੱਕ ਸ਼ਾਪ ਦੇ ਉੱਤੇ ਹੀ ਅਕਰੋਸ ਦਾ ਫੈਂਸ ਇਸ ਬੰਦੇ ਨੇ ਇਹ ਜਿਹੜੀ 10 ਕਿਲੋ ਹੀਰੋਇਨ ਹੈ ਪਾਕਿਸਤਾਨ ਦੇ ਸਮਗਲਰ ਤੋਂ ਮੰਗਵਾਈ ਸੀ ਅਤੇ ਵਿਦ ਦਾ ਹੈਲਪ ਆਫ BSF SSP ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਉਹ ਸਾਰੀ ਰਿਕਵਰੀ ਅੱਜ ਕੀਤੀ ਗਈ ਹੈ। ਭਲਾਉਣਾ ਯਾਰ major recovery by the Amsar Rural Police and to the campaign that has been launched by SSP Amsar Rural, Mr. Vikramjeet Duggal, the DSP Sahabne Atari, Mr. Sohota, SHO Lopoke, Mr. Harpal Singh, the NADJD team, and on a both very recovery kitty in connection with the drug menace. Either which 10 kilogram heroin pakadi hai, ek banda phadya gaya, Devinder Singh, border the nedeo. ਉਹਦੇ ਇੰਕ ਸ਼ਾਪ ਦੇ ਉੱਤੇ ਹੀ ਅਕਰੋਸ ਦਾ ਫੈਂਸ ਇਸ ਬੰਦੇ ਨੇ ਇਹ ਜਿਹੜੀ 10 ਕਿਲੋ ਹੀਰੋਇਨ ਹੈ ਪਾਕਿਸਤਾਨ ਦੇ ਸਮਗਲਰ ਤੋਂ ਮੰਗਵਾਈ ਸੀ ਅਤੇ ਵਿਦ ਦਾ ਹੈਲਪ ਆਫ BSF SSP ਸਾਹਿਬ ਦੀ ਲੀਡਰਸ਼ਿਪ ਦੇ ਵਿੱਚ ਉਹ ਸਾਰੀ ਰਿਕਵਰੀ ਅੱਜ ਕੀਤੀ ਗਈ ਹੈ। 10 KGs ਆਫ ਹੀਰੋਇਨ ਅਲੋਂਗ ਵਿਦ ਦਾ 1 ਕਾਰ ਮਹਿੰਦਰਾ SUV ਹੈ ਅਤੇ 2 ਮੋਬਾਈਲ ਫੋਨ ਜਿਸ ਤੋਂ ਫੜ ਗਏ ਨੇ ਅਤੇ ਵੀ ਐਕਸਪੈਕਟ ਕਿ ਇਹਦੇ ਵਿੱਚ ਹੋਰ ਬੰਦਿਆਂ ਦੀ ਅਰੈਸਟ ਹੋਏਗੀ ਅਤੇ ਹੋਰ ਐਵੀਡੈਂਸ ਸਾਡੇ ਸਾਹਮਣੇ ਆਏਗਾ ਤਾਂ ਕਿ ਜਿਹੜਾ ਇਹ ਅਕਰੋਸ ਦਾ ਬਾਰਡਰ ਦਾ ਸਮਗਲਿੰਗ ਦਾ ਨੈਟਵਰਕਸ ਹੈਗਾ ਇਹਨੂੰ ਸਾਰੇ ਨੂੰ ਸਮੈਸ਼ ਕਰਾਂਗੇ ਅਤੇ ਹੋਰ ਬੰਦੇ ਫੜਾਂਗੇ। ਦਿਸ ਇਜ਼ ਅ ਮੋਡਿਊਲ ਵਿੱਚ ਹੈਜ਼ ਬੀਨ ਬਸਟਡ ਟੂਡੇ ਇਟਸੈਲਫ ਇਨ ਦਾ ਮੋਰਨਿੰਗ ਐਂਡ ਦੇ ਐਨ FIR ਹੈਜ਼ ਆਲਸੋ ਬੀਨ ਰਜਿਸਟਰਡ ਇਨ ਦਾ PSLO ਕੋਕੇ ਅੰਡਰ ਦਾ ਰੈਲੇਵੈਂਟ ਸੈਕਸ਼ਨ ਆਫ ਲਾਅ। ਸਰ ਪਾਕਿਸਤਾਨ 'ਚ ਕੌਣ ਹੈਂਡਲਰ ਹੈ ਜੀ ਇਹਦਾ? ਇਹਦਾ ਇਸ ਹਾਲੇ ਬਹੁਤ ਪ੍ਰੀਮਚੋਰ ਹੈ ਜੀ। ਵੀ ਹੈਵ ਆਲ ਦਾ ਇਨਫੋਰਮੇਸ਼ਨ ਫਰੋਮ ਦਾ ਮੋਬਾਈਲ ਐਂਡ ਆਲ ਦੈਟ, ਕਿਉਂਕਿ ਹਾਲੇ ਸਸਟੇਨਡ ਇੰਟੈਰੋਗੇਸ਼ਨ ਕਰਾਂਗੇ ਜੁਆਇੰਟ ਇੰਟੈਰੋਗੇਸ਼ਨ ਸੈਂਟਰ ਦੇ ਵਿੱਚ। ਉਹਦੇ ਵਿੱਚੋਂ ਫਿਰ ਨਿਕਲ ਕੇ ਆ ਗਿਆ ਕਿ ਪਾਕਿਸਤਾਨ ਦੇ ਕਿਹੜੇ ਕਿਹੜੇ ਸਮਗਲਰ ਇਹਨਾਂ ਨਾਲ ਰਲੇ ਹੋਏ ਸੀ, ਜਿਹੜੇ ਉੱਥੋਂ ਲਿਆ ਕੇ ਇੰਡੀਅਨ ਸਾਈਡ ਦੇ ਨੇੜੇ ਆ ਕੇ ਅਕਰੋਸ ਦਾ ਫੈਂਸ ਦੱਬ ਜਾਂਦੇ ਸੀਗੇ ਅਤੇ ਇੱਧਰੋਂ ਦਿਸ ਮੈਨ ਵਾਜ਼ ਔਨ ਏ ਲੁੱਕ ਆਊਟ ਟੂ ਐਕਸਟੈਕਟ ਦੈਟ ਕੰਸਾਈਨਮੈਂਟ ਫਰੋਮ ਅਕਰੋਸ ਦਾ ਫੈਂਸ। ਦਵਿੰਦਰ ਸਿੰਘ ਹੈ ਜੀ ਇੱਥੇ ਮਾਨਾ ਵਾਲੇ ਦਾ, ਦਵਿੰਦਰ ਸਿੰਘ ਇਹਦਾ ਪਹਿਲਾ ਕੋਈ ਰਿਕਾਰਡ ਨਹੀਂ ਹੈ, ਫਰੈਸ਼ ਕੇਸ ਹੈ ਜਿਹੜਾ ਇਹ ਫੜਿਆ ਗਿਆ ਪਹਿਲੀ ਵਾਰੀ। ਨਹੀਂ ਉਹ ਫਾਰਮਰ ਇੱਥੇ ਮਾਨਾ ਵਾਲੇ ਦਾ ਫਾਰਮਰ ਹੀ ਹੈ। ਨਹੀਂ BSF ਨੂੰ ਕੋਈ ਜਾਣਕਾਰੀ ਨਹੀਂ ਸੀ ਕਿਉਂਕਿ ਵਾਈਲਡ ਏਰੀਆ ਦੇ ਵਿੱਚ ਉਹਨੇ ਦੇ ਆਲਸੋ ਆਰ ਨੋਟ ਅਵੇਅਰ ਅਬਾਊਟ ਦੈਟ ਥਿੰਗ। ਸੋ ਵੈਨ ਆਰ SSP ਐਂਡ ਇਸ ਟੀਮ ਕਾਟ ਦੈਟ ਗਾਏ, ਉਹਦੀ ਇੰਟੈਰੋਗੇਸ਼ਨ ਦੇ ਵਿੱਚੋਂ ਜਦੋਂ ਪਤਾ ਲੱਗਾ ਦੈਨ ਵੀ ਟੁੱਕ ਦਾ BSF ਇਨ ਟੂ ਕੋਨਫੀਡੈਂਸ, ਦੈਨ ਜੁਆਇੰਟ ਪਾਰਟੀ ਵਾਸ ਸੈਂਟ ਓਵਰ ਦੇਅਰ ਅਕਰੋਸ ਦਾ ਫੈਂਸ, ਬਿਕੋਜ਼ ਫੈਂਸ ਤੋਂ ਅੱਗੇ ਜਿਹੜਾ ਹੈ ਜਾਣ ਨੂੰ ਸਾਨੂੰ BSF ਨੂੰ ਨਾਲ ਲੈਣਾ ਪੈਂਦਾ। ਅਗਲੇ ਦੱਬੀ ਸੀਗੀ ਉਸ ਜਗ੍ਹਾ ਦੇ? ਹਾਂਜੀ ਹਾਂਜੀ ਬਿਲਕੁਲ ਦੱਬੀ, ਫੈਂਸਿੰਗ ਤੋਂ ਬਾਅਦ ਫੈਂਸਿੰਗ ਤੋਂ ਅੱਗੇ ਦੱਬੀ ਹੋਈ ਸੀ। ਇਹ ਯੂ ਕੈਨ ਸੀ ਦਿਸ ਇਜ਼ ਦਾ ਹਿਊਜ ਕੁਆਂਟਿਟੀ FIR ਰਜਿਸਟਰ ਦੈਟ ਮੈਨ ਇਜ਼ ਅੰਡਰ ਡਿਟੈਂਸ਼ਨ ਨਾਓ ਐਂਡ ਵੀ
ਹੋਪ ਦੈਟ ਮੋਰ ਰਿਕਵਰੀ ਵਿਲ ਬੀ ਮੇਡ ਐਂਡ ਮੋਰ ਪਰਸਨ ਵਿਲ ਆਲਸੋ ਬੀ ਰਿਕਵਰ ਜੀ ਕਦੋਂ ਆਈ ਸੀ ਕਨਸਾਈਨਮੈਂਟ ਨਹੀਂ ਉਹ ਸ਼ੇ ਫਿਰ ਪਤਾ ਮਾਡਲ ਬਸ ਟੂ ਲਗੇ ਉਨੀ ਕੀ ਇਨਫੋਰਮੇਸ਼ਨ ਸ਼ੇਅਰ ਕਰੀਏ ਜਿਹਦਾ ਕੋਈ ਸਰ ਇਹ ਬੱਚੇ ਦੇ ਅਕੋਰਡਿੰਗ ਇਨਫੋਰਮੇਸ਼ਨ ਹੈ ਇਹ ਤਾਂ ਦੱਸਦਾ ਸੀਗਾ ਕਿਸ ਨੂੰ ਵੇਚਦਾ ਸੀਗਾ ਨਹੀਂ ਇਹ ਦੇਖੋ ਜੀ ਇਹ ਹੀ this he is a big fish for that matter because 10 kilograms of the heroin being handled by this man he is not a small peddler or somebody so bahut achhi recovery ki thi hum sir rural police ne sir amrit sir mana wale to rescue kiya ek nahi mana wale to nahi rescue kiya he was close to the border loitering over there then we registered a case ude this is a recovery led by confession okay ਉਸਲੇ ਫੜਿਆ ਨਾਲੇ ਇੰਟਰੋਗੇਟ ਕੀਤਾ ਤੇ ਜਾ ਕੇ BSF ਨਾਲ ਗੱਲ ਕਰਕੇ ਤੇ ਪਰਲੇ ਪਾਸੋਂ ਲੈ ਆਇਆ ਤੇ ਪਿਛਲੇ 11 ਮਹੀਨਿਆਂ ਦੇ ਵਿੱਚ ਵਿਦ ਅ ਕੰਸਿਸਟੈਂਟ ਪਰਫਾਰਮੈਂਸ ਬਾਈ SSP ਅੰਮ੍ਰਿਤਸਰ ਰੂਰਲ 83 ਕਿਲੋਗ੍ਰਾਮ ਹੀਰੋਇਨ SSP ਸਾਹਿਬ ਤੇ ਇਹਨਾਂ ਦੀ ਟੀਮ 11 ਮਹੀਨਿਆਂ ਚ ਪਿਛਲੇ ਚ ਫੜ ਚੁੱਕੇ ਸਰ ਬੜੀਆਂ ਰਿਕਵਰੀ ਸੀਗੀ 17 ਕਿਲੋ ਦੀ ਵੀ ਹੋਈ ਸੀਗੀ ਜਿਸ ਤਰ੍ਹਾਂ ਇਹਨਾਂ ਨੂੰ ਇਸ ਦੇ ਵਿੱਚ ਅਗਲੇ ਬੰਦੇ ਜਦੋਂ ਇਹਦੀ ਇਨਵੈਸਟੀਗੇਸ਼ਨ ਚੱਲਦੀ ਹੈ ਇਹ ਇਹਦੇ ਵਿੱਚ ਹੋਰ ਅਰੈਸਟ ਹੋਈਆਂ 83 ਕਿਲੋ ਹੈ ਇਹਦੇ ਵਿੱਚ ਹਾਂ ਡੈਫੀਨਿਟਲੀ ਚੇਨ ਅਗਲੇ ਬੰਦੇ ਦੀ ਡੈਫੀਨਿਟਲੀ ਹੋਣੀਆਂ ਕਿਉਂਕਿ ਸਟੇਟ ਗਵਰਨਮੈਂਟ ਦੇ ਆਪਣੇ CPO ਦੇ ਆਫਿਸਰ DG ਸਾਹਿਬ ਆਉਣ ਤੇ ਬੜੇ ਸੀਰੀਅਸ ਨੇ ਇਸ ਬਾਰੇ ਕਿ ਬੈਕਵਰਡ ਐਂਡ ਫਾਰਵਰਡ ਲਿੰਕੇਜਸ ਨੂੰ ਜ਼ਰੂਰ ਦੇਖਣਾ ਚਾਹੀਦਾ ਇਹ ਆਈ ਕਿੱਥੋਂ ਆਇਆ ਔਰ ਜਾ ਕਿੱਥੇ ਰਹੀ ਹੈ ਸੋ ਹਰੇਕ ਕੇਸ ਦੇ ਵਿੱਚ ਅਸੀਂ ਇਸ ਨੂੰ ਫਾਲੋਅਪ ਕਰਦੇ ਹਾਂ ਬੈਕਵਰਡ ਐਂਡ ਫਾਰਵਰਡ ਲਿੰਕੇਜਸ ਨੂੰ ਹਾਲੇ ਬੜਾ ਪ੍ਰੀਮੀਅਮ ਹੋ ਰਿਹਾ ਹਾਲੇ ਅਸੀਂ ਹੋਰ ਬੰਦੇ ਫੜ ਲਏ ਸਰਟਨਲੀ ਵੀ ਵਿਲ ਟ੍ਰਾਈ ਟੂ ਰਿਕਵਰ ਮੋਰ ਨੈਚੁਰਲੀ ਨਹੀਂ ਹਾਲੇ ਫਾਰ ਦਾ ਟਾਈਮਿੰਗ ਤੇ ਦੇਖੋ ਨਾ ਤੁਹਾਨੂੰ ਹਾਈਡ ਐਨੀਥਿੰਗ ਫਰੋਮ ਮੀਡੀਆ ਬਟ ਸਰਟਨ ਚੀਜ਼ਾਂ ਇਹੋ ਜਿਹੀਆਂ ਹੋਣੀਆਂ ਜਿਹੜੀਆਂ ਇਸ ਵੇਲੇ ਇਸ ਸਟੇਜ ਤੇ ਮੀਡੀਆ ਨਾਲ ਸ਼ੇਅਰ ਨਹੀਂ ਕਰ ਸਕਦੇ ਸਾਰੇ ਪੋਜ਼ਿਟਿਵ ਐਕਸ਼ਨ ਲਾਂਗੇ ਜੋ ਵੀ SSP ਸਾਹਿਬ ਰਿਕਮੈਂਡ ਕਰਕੇ ਨੈਚੁਰਲੀ ਵੀ ਆਰ ਦੇਅਰ ਟੂ ਹੈਲਪ ਦੀਸ ਗਾਇਜ਼ ਆਊਟ ਬਿਕਾਜ਼ ਆਫ ਦੈਮ ਓਨਲੀ ਵੀ ਆਰ ਸਕਸੈਸਫੁਲ ਨਹੀਂ ਆਪਣਾ ਫੀਲਡ ਨਹੀਂ ਹੈ ਇਹ ਤਾਂ ਮਾਨਾ ਵਾਲੇ ਦਾ ਹੈ ਨਹੀਂ ਜ਼ਮੀਨ ਦਾ ਹੈ ਹਾਲੇ ਇਜ਼ ਟੂ ਪ੍ਰੀਮੈਚੁਰ ਕਿਉਂਕਿ ਹੁਣ ਮੇਰੀ ਜ਼ਮੀਨ ਜੋ ਜਾ ਕੇ ਦੱਬਿਆ ਤੁਹਾਡੀ ਜ਼ਮੀਨ ਜੋ ਦੱਬਿਆ ਆਈ ਮੀਨ ਵੀ ਹੈਵ ਟੂ ਇਨਵੈਸਟੀਗੇਟ ਦੈਟ 194 ਕਿਲੋ ਨਾਲ ਸਰ ਇਹਦਾ ਕੋਈ ਰਿਲੇਸ਼ਨ ਹੈ ਨਾ ਨਥਿੰਗ ਲਾਈਕ ਦੈਟ ਨਥਿੰਗ ਫॉर द ਟਾਈਮਿੰਗ ਹਾਲੇ ਤੱਕ ਸਿਰਫ ਇਹੋ ਹੀ ਲੈ ਕੇ ਚੱਲੀ ਹੈ ਕਿ 10 ਕਿਲੋ ਰਿਕਵਰ ਕੀਤੀ ਹੈ ਐਂਡ ਵੀ ਆਰ ਇਨਵੈਸਟੀਗੇਟਿੰਗ ਦ ਮੈਟਰ ਦਾ ਇਟ ਸ਼ੁਡ ਕਮ ਟੂ ਵੀ ਜਸਟ ਵਾਂਟ ਟੂ ਬਰੀਫ ਦ ਮੀਡੀਆ ਦੈਟ ਪੁਲਿਸ ਇਜ਼ ਵਰਕਿੰਗ ਫॉर ਦਿਸ ਟੂ ਮੇਕ ਪੰਜਾਬ ਏ ਡਰਗ ਫਰੀ ਸਟੇਟ ਸਰ ਆ ਫੋਟੋ ਖਿਚਵਾ ਸਰ ਇਹ ਪਿਕਚਰ ਅਸੀਂ ਪੇਜਾਂ ਨੂੰ ਦੋਨੋਂ ਲਾਈ ਹੈ ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼ ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ ਵਸ਼ੀਕਰਨ ਕਰਨਾ ਮੁੱਠੀਕਰਨ ਕਰਨਾ ਜਾਂ ਤੜਵਾਉਣਾ ਵਿਦੇਸ਼ ਯਾਤਰਾ ਵਿੱਚ ਰੁਕਾਵਟ PR ਵਿੱਚ ਰੁਕਾਵਟ ਲਵ ਮੈਰਿਜ ਪਿਆਰ 'ਚ ਰੁਕਾਵਟ ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ ਲਾਟਰੀ ਚਾਹੇ ਕੋਈ ਵੀ ਹੋਵੇ 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ ਕਰੋ ਸੰਪਰਕ ਬੀਬੀ ਰਾਜਵਿੰਦਰ 81 400 66 77 009